ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਉਹ ਪੰਜਾਬ ਫੇਰੀ ਜਿਹੜੀ ਹਾਲੇ ਵੀ ਚਰਚਾ ਦਾ ਵਿਸ਼ਾ ਬਣਦੀ ਹੈ ਕਿਉਂਕਿ ਬੀਤੇ ਦਿਨ ਇਹ ਸੁਰਖੀਆਂ ਬਣੀਆਂ ਕਿ ਇੱਕ ਐਸਪੀ ਨੂੰ ਮੁਅਤਲ ਕਰ ਦਿੱਤਾ ਗਿਆ ਸਸਪੈਂਡ ਕਰ ਦਿੱਤਾ ਗਿਆ ਉਸ ਦੇ ਨਾਲ ਹੋਰ 6 ਕਿਹੜੇ ਅਧਿਕਾਰੀ ਤੇ ਪੁਲਿਸ ਕਰਮਚਾਰੀ ਨੇ ਜਿਨ੍ਹਾਂ ਨੂੰ ਸਸਪੈਂਡ ਕੀਤਾ ਗਿਆ ਗ੍ਰਹਿ ਮੈਕਮਾ ਪੰਜਾਬ ਦੇ ਕੋਲੇ ਜ਼ਿੰਮੇਵਾਰੀ ਸੀ ਤੇ ਉਹਨਾਂ ਨੇ ਬਣਾ ਕੇ ਸੱਤਾਂ ਦੀ ਲਿਸਟ ਸੂਚੀ ਪੰਜਾਬ ਦੇ ਡੀਜੀਪੀ ਨੂੰ ਭੇਜ ਦਿੱਤੀ ਸਸਪੈਂਡ ਕਰੋ ਔਰ ਨਾਲ ਹੀ ਐਸਪੀ ਨੂੰ ਤਾਂ ਇਹ ਵੀ ਹੁਕਮ ਹੋਇਆ ਕਿ ਉਹ ਹੈੱਡਕੁਆਰਟਰ ਰਹਿਣਗੇ ਚੰਡੀਗੜ੍ਹ ਔਰ ਬਿਨਾ ਦੱਸਿਆਂ ਬਿਨਾ ਆਗਿਆ ਲਏ ਉਹ ਹੈੱਡਕੁਆਰਟਰ ਵੀ ਨਹੀਂ ਛੱਡ ਸਕਦੇ ਇਹ ਜਿਹੜੀ ਆ ਵੱਡੀਆਂ ਸਜ਼ਾਵਾਂ ਸ਼ਬਦ ਲਿਖਿਆ ਗਿਆ ਉਸ ਲੈਟਰ ਦੇ ਵਿੱਚ ਵੀ ਦਿੱਤੀਆਂ ਜਾਣ ਦਾ ਫੈਸਲਾ ਲਿਆ ਗਿਆ ਜਿਸ ਦੇ ਵਿੱਚ ਸੂਚੀ ਤੁਹਾਡੇ ਨਾਲ ਸਾਂਝੀ ਕਰਦਨੇ ਆ ਉਸ ਵਿੱਚ ਲਿਖਿਆ ਗਿਆ ਕਿ ਵਿਸ਼ਾ ਅੰਕਿਤ ਮਾਮਲੇ ਸੰਬੰਧੀ ਹਵਾਲਾ ਦੀਨ ਪੱਤਰਾਂ ਦੀ ਰਿਪੋਰਟ ਦੇ ਮੱਦੇ ਨਜ਼ਰ ਸਮਰੱਥ ਅਥਾਰਟੀ ਵੱਲੋਂ ਹੇਠ ਦਰਸਾਏ ਗਏ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਮੁਅਤਲ ਕਰਨ ਅਤੇ ਵੱਡੀਆਂ ਸਜ਼ਾਵਾਂ ਦੇਣ ਦੇ ਮੰਤਵ ਲਈ ਵਿਭਾਗੀ ਕਾਰਵਾਈ ਆਰੰਭ ਕਰਨ ਦਾ ਫੈਸਲਾ ਲਿਆ ਗਿਆ ਹੈ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਗੁਰਵਿੰਦਰ ਸਿੰਘ ਪੀਪੀਐਸ ਐਸਪੀ ਐਸਪੀ ਰੈਂਕ ਦੇ ਅਧਿਕਾਰੀ ਗੁਰਵਿੰਦਰ ਸਿੰਘ ਸੰਘਾ ਜਿਹੜੇ ਕਿ ਇਸ ਵੇਲੇ ਬਠਿੰਡਾ 'ਚ ਤਾਇਨਾਤ ਸਨ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਉਸ ਵਕਤ ਉਹ ਡਿਊਟੀ ਤੇ ਤਾਇਨਾਤ ਸਨ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਏ ਔਰ ਕਿਆ ਗਿਆ ਕਿ ਉਹਨਾਂ ਦੀ ਕੁਤਾਈ ਹੋਈ ਹੈ ਅਤੇ ਗੈਲੀ ਵਰਤੀ ਗਈ ਹੈ ਸੁਰੱਖਿਆ ਦੇ ਵਿੱਚ ਕਿਉਂਕਿ ਉਹ ਬਾਏ ਰੋਡ ਫਿਰੋਜ਼ਪੁਰ ਵਾਲੀ ਸਾਈਡ ਤੋਂ ਜਾਣਾ ਚਾਹੁੰਦੇ ਸਨ ਪਰ ਕਿਸਾਨਾਂ ਦਾ ਧਰਨਾ ਲੱਗਿਆ ਹੋਇਆ ਸੀ ਉਸ ਵਕਤ ਦੇ ਤਤਕਾਲੀ ਜਿਹੜੇ ਮੁੱਖ ਮੰਤਰੀ ਨੇ ਚਮਿੰਤ ਸਿੰਘ ਚੰਨੀ ਨੇ ਕਿਹਾ ਸੀ ਕਿ ਕਿਸਾਨਾਂ ਦੇ ਹੱਕ ਵਿੱਚ ਸਟੈਂਡ ਲਿਆ ਸੀ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕੁਝ ਨਹੀਂ ਹੋਇਆ ਸਿਰਫ ਬਹਾਨਾ ਬਣਾਇਆ ਗਿਆ ਸੀ ਇਸ ਤਰ੍ਹਾਂ ਦੀਆਂ ਗੱਲਾਂ ਵੀ ਸਾਹਮਣੇ ਆਈਆਂ ਸੀ ਪਰ ਸੋਨ ਸਿੰਘ ਜਿਹੜੇ ਡੀਐਸਪੀ ਨੇ ਉਹਨਾਂ ਨੂੰ ਵੀ ਸਸਪੈਂਡ ਕੀਤਾ ਗਿਆ ਜਗਦੀਸ਼ ਕੁਮਾਰ ਡੀਐਸਪੀ ਨੇ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਇਸ ਤੋਂ ਇਲਾਵਾ ਇੰਸਪੈਕਟਰ ਜਤਿੰਦਰ ਸਿੰਘ ਨੂੰ ਵੀ ਸਸਪੈਂਡ ਕੀਤਾ ਗਿਆ ਬਲਵਿੰਦਰ ਸਿੰਘ ਇੰਸਪੈਕਟਰ ਨੂੰ ਸਸਪੈਂਡ ਕੀਤਾ ਗਿਆ ਜਸਵੰਤ ਸਿੰਘ ਸਬ ਇੰਸਪੈਕਟਰ ਤੇ ਰਮੇਸ਼ ਕੁਮਾਰ ਏਐਸਆਈ ਇਸ ਤਰੀਕੇ ਦੇ ਨਾਲ ਇੱਕ ਐਸਪੀ ਦੋ ਡੀਐਸਪੀ ਤੇ ਚਾਰ ਥਾਣੇਦਾਰ ਨੇ ਜਿਹੜੇ ਉਹ ਵੀ ਸਸਪੈਂਡ ਕਰ ਦਿੱਤੇ ਗਏ ਨੇ ਸੱਤ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਖਿਲਾਫ ਐਕਸ਼ਨ ਲਿਆ ਗਿਆ ਇਹ ਦੱਸਣਾ ਬਣਦਾ ਹੈ ਕਿ 5 ਫਰਵਰੀ 2022 ਦਾ ਉਹ ਦਿਨ ਸੀ ਉਦੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਨ ਤੇ ਦੇਸ਼ ਦੇ ਪ੍ਰਧਾਨ ਮੰਤਰੀ ਦੀ ਰੈਲੀ ਸੀ ਪੰਜਾਬ ਦੇ ਅੰਦਰ ਫਿਰ ਉਹ ਬਠਿੰਡੇ ਸੜਕ ਮਾਰਗ ਰਾਈ ਫਿਰੋਜ਼ਪੁਰ ਦੇ ਸੈਣੀ ਵਾਲਾ ਜਾ ਰਹੇ ਸਨ ਪਰ ਰਾਹ 'ਚ ਕਿਸਾਨਾਂ ਨੇ ਹਾਈਵੇ ਬੰਦ ਕੀਤਾ ਹੋਇਆ ਸੀ ਜਿਸ ਦੇ ਕਰਕੇ ਕਿਹਾ ਗਿਆ ਕਿ ਉਹਨਾਂ ਦੀ ਸੁਰੱਖਿਆ ਦੇ ਵਿੱਚ ਅਣਗਹਿਲੀ ਵਰਤੀ ਗਈ ਇੱਕ ਤਸਵੀਰ ਸੋਸ਼ਲ ਮੀਡੀਆ ਦੇ ਉੱਤੇ ਜਦੋਂ ਮਰਜ਼ੀ ਦੇਖੀ ਜਾ ਸਕਦੀ ਹੈ ਕਿ ਫਲਾਈਓਵਰ ਦੇ ਉੱਤੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਕਾਫਲਾ ਰੁਕਿਆ ਰਿਹਾ ਹੁਣ ਰੁਕਣ ਦਾ ਕਾਰਨ ਕਿਸਾਨਾਂ ਵੱਲੋਂ ਤੇ ਉਸ ਵੇਲੇ ਦੀ ਸਰਕਾਰ ਵੱਲੋਂ ਮੁੱਖ ਮੰਤਰੀ ਵੱਲੋਂ ਕਿਹਾ ਗਿਆ ਕਿ ਕਿਸਾਨ ਨਹੀਂ ਬਣੇ ਕਾਰਨ ਤੇ ਨਾ ਹੀ ਕਿਸੇ ਨੂੰ ਰੋਕਿਆ ਗਿਆ ਇਹ ਤਾਂ ਬਸ ਪਤਾ ਨਹੀਂ ਕਿਉਂ ਦੇਸ਼ ਦੇ ਪ੍ਰਧਾਨ ਮੰਤਰੀ ਇਹ ਕਹਿ ਕੇ ਚਲੇ ਗਏ ਕਿ ਆਪਦੇ ਮੁੱਖ ਮੰਤਰੀ ਨੂੰ ਜਾਂ ਆਪਦੀ ਸਰਕਾਰ ਨੂੰ ਇਹ ਕਹਿ ਦੇਣਾ ਕਿ ਮੈਂ ਬਚ ਕੇ ਜਾ ਰਿਹਾ ਇਹ ਬਠਿੰਡਾ 에ਰਪੋਰਟ ਦੇ ਉੱਤੇ ਕਹੀ ਗਈ ਸੀ ਗੱਲ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਅਧਿਕਾਰੀਆਂ ਨੂੰ ਉੱਥੇ ਜਿਹੜੇ ਡਿਊਟੀ ਤੇ ਤਾਇਨਾਤ ਸਨ ਤੇ ਫਿਰ ਉਹਨਾਂ ਤੋਂ ਅੱਗੇ ਗੱਲ ਜਿਹੜੀ ਆ ਬਾਹਰ ਆਉਂਦੀ ਹੈ ਤਾਂ ਫਿਰ ਉਦੋਂ ਰੌਲਾ ਕਾਫੀ ਪਿਆ ਸੀ ਤਾਂ ਫਲਾਈਓਵਰ ਤੇ ਰੁਕ ਰਿਆ ਫਿਰ ਰਾਹ ਨਾ ਖੁੱਲਣ ਤੇ ਉਹਨਾਂ ਨੂੰ ਵਾਪਸ ਜਾਣਾ ਪਿਆ ਬਠਿੰਡਾ ਹਵਾਈ ਅੱਡੇ ਤੇ ਪੁੱਜਣ ਤੇ ਪੀਐਮ ਨੇ ਕਿਹਾ ਸੀ ਆਪਣੇ ਮੁੱਖ ਮੰਤਰੀ ਦਾ ਧੰਨਵਾਦ ਕਰਨਾ ਕਹਿਣਾ ਕਿ ਮੈਂ ਜਿਉਂਦਾ ਮੁੜ ਗਿਆ ਜ਼ਿਕਰਯੋਗ ਹੈ ਕਿ ਉਦੋਂ ਸੂਬੇ 'ਚ ਕਾਂਗਰਸ ਦੀ ਸਰਕਾਰ ਤੇ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਸਨ ਹਾਲਾਂਕਿ ਉਦੋਂ ਇਸ ਐਕਸਟੈਂਡ ਲੈ ਲਿਆ ਗਿਆ ਸੀ ਪਰ ਇੱਥੇ ਦੱਸਣਾ ਬਣਦਾ ਹੈ ਕਿ ਹੁਣ ਕਾਰਵਾਈ ਹੋ ਰਹੀ ਹੈ ਇੱਕ ਸੱਟ ਵੀ ਬਣਦੀ ਹੈ ਜਿਹੜੀ ਪੂਰੀ ਤਫ਼ਤੀਸ਼ ਕਰਦੀ ਹੈ ਮਾਮਲੇ ਦੇ ਕਿ ਕਿਹੜੇ ਕਿਹੜੇ ਦੋਸ਼ੀ ਅਧਿਕਾਰੀ ਸਨ ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਚਣ ਗੈਲੀ ਵਰਤੀ ਜਾਣੀ ਇਹ ਇੱਕ ਗੁਨਾਹ ਮੰਨਿਆ ਜਾਂਦਾ ਹੈ ਤੇ ਇਹ ਗੁਨਾਹ ਕਿਸ ਨੇ ਕੀਤਾ ਕਿਵੇਂ ਕੀਤਾ ਕਿਸ ਦੀ ਅੰਗਹਿਲੀ ਨਾਲ ਹੋਇਆ ਇਹ ਸਾਰੀਆਂ ਗੱਲਾਂ ਨੇ ਜਿਹੜੀਆਂ ਕਰ ਦਿੱਤੇ ਹੈ ਗਿਆ ਹਾਲਾਂਕਿ ਡੀਜੀਪੀ ਸੁਧਾਰ ਛੱਟੋਪਾਦਿਆ ਨੂੰ ਵੀ ਤੇ ਹੋਰ ਐਸਐਸਪੀ ਰੈਂਕ ਦੇ ਅਧਿਕਾਰੀਆਂ ਤੱਕ ਨੂੰ ਵੀ ਜਿਹੜਾ ਇਸ ਮਸਲੇ ਦੇ ਵਿੱਚ ਨਾਮਜਦ ਕੀਤਾ ਗਿਆ ਸੀ ਪੁੱਛਗਿੱਛ ਦੇ ਲਈ ਵੀ ਔਰ ਜੋ ਉਹਨਾਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਇਹ ਸਾਰੇ ਮਸਲੇ ਦੇ ਬਾਰੇ ਵੀ ਗੱਲਾਂ ਬਾਤਾਂ ਹੁੰਦੀਆਂ ਨਹੀਂ ਆ ਪਰ ਗੁਰਵਿੰਦਰ ਸਿੰਘ ਐਸਪੀ ਨੂੰ ਸਸਪੈਂਡ ਕੀਤਾ ਗਿਆ ਪਰਸੋਂ ਸਿੰਘ ਡੀਐਸਪੀ ਨੂੰ ਜਗਦੀਸ਼ ਕੁਮਾਰ ਡੀਐਸਪੀ ਨੂੰ ਸਸਪੈਂਡ ਕੀਤਾ ਗਿਆ ਜਤਿੰਦਰ ਸਿੰਘ ਇਨਸਪੈਕਟਰ ਨੂੰ ਬਲਵਿੰਦਰ ਸਿੰਘ ਇਨਸਪੈਕਟਰ ਨੂੰ ਜਸਵੰਤ ਸਿੰਘ ਸਬ ਇਨਸਪੈਕਟਰ ਤੇ ਰਮੇਸ਼ ਕੁਮਾਰ ਏਐਸਆਈ ਇਹ ਸੱਤ ਪੁਲਿਸ ਕਰਮਚਾਰੀ ਤੇ ਅਧਿਕਾਰੀਆਂ ਨੂੰ ਸਸਪੈਂਡ ਇਸ ਮਾਮਲੇ ਦੇ ਵਿੱਚ ਕੀਤਾ ਗਿਆ ਤਾਂ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਰ ਵੀ ਵੱਡੇ ਅਧਿਕਾਰੀਆਂ ਦੇ ਉੱਤੇ ਕਾਰਵਾਈ ਹੁੰਦੀ ਹੈ ਹਾਲਾਂਕਿ ਆਈਐਸ ਤੇ ਆਈਪੀਐਸ ਅਧਿਕਾਰੀ ਇਸ ਮਾਮਲੇ ਦੇ ਵਿੱਚ ਹਾਲ ਦੀ ਘੜੀ ਦੇ ਵਿੱਚ ਉਹਨਾਂ ਨੂੰ ਕਲੀਨ ਚਿੱਟ ਮਿਲਦੀ ਦਿਖਾਈ ਦੇ ਰਹੀ ਹੈ ਕਿਉਂਕਿ ਨਾ ਸੱਤਾਂ ਦੇ ਵਿੱਚ ਨਾ ਕਿਸੇ ਆਈਐਸ ਦਾ ਨਾਮ ਹੈ ਹਨ ਗੈਲੀ ਕਰਨ ਚ ਤੇ ਨਾ ਕਿਸੇ ਆਈਪੀਐਸ ਦਾ ਨਾਮ ਹੈ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਤਫਤੀਸ਼ ਜੇ ਅੱਗੇ ਵੱਧਦੀ ਹੈ ਤਾਂ ਹੋਰ ਕੌਣ-ਕੌਣ ਇਸ ਮਾਮਲੇ ਦੇ ਵਿੱਚ ਇਸ ਤਕੜੀ ਦੇ ਵਿੱਚ ਤੋਲਿਆ ਜਾਂਦਾ ਹੈ ਇਹ ਆਉਣ ਵਾਲੇ ਸਮੇਂ ਚ ਪਤਾ ਲੱਗੇਗਾ ਫਿਲਹਾਲ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ